ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਤਸਵੀਰਾਂ ਤੁਹਾਨੂੰ ਇਸ ਸਮੇਂ ਦੀਆਂ ਦਿਖਾ ਰਹੇ ਹਾਂ। ਜਲਾਲਾਬਾਦ ਹਲਕੇ ਦੇ ਪਿੰਡ ਚੱਕ ਸੈਦੋਕਾ ਦੇ ਕਿਸਾਨ ਇਕੱਠਾ ਹੋਏ ਹੈ। ਕੀ ਮਸਲਾ ਹੈਗਾ ਇਹ ਵੀ ਜਾਣਾਂਗੇ, ਪਰ ਦੱਸ ਦਈਏ ਕਿ ਇਹਨੀ ਦਿਨੀ ਸੀਜ਼ਨ ਚੱਲ ਰਿਹਾ ਝੋਨੇ ਦਾ ਔਰ ਲਵਾਈ ਹੋ ਚੁੱਕੀ ਹੈ। ਹੁਣ ਵਾਰੀ ਹੈ ਝੋਨੇ ਨੂੰ ਪਾਣੀ ਲਾਉਣ ਦੀ, ਤਾਂ ਪਾਣੀ ਨੂੰ ਲੈ ਕੇ ਜਿਹੜਾ ਇਹ ਕਿਸਾਨ ਇੱਥੇ ਇਕੱਠਾ ਹੋਏ ਹੈ, ਕੀ ਹੈ ਮਸਲਾ, ਕੀ ਦਿੱਕਤ ਪਰੇਸ਼ਾਨੀ ਆ ਰਹੀ ਹੈ, ਇਹ ਵੀ ਜਾਣਾਂਗੇ। ਫਿਲਹਾਲ ਤੁਹਾਨੂੰ ਦੱਸ ਦਈਏ ਕਿ ਬੀਤੇ 2 ਸਾਲ ਟੈਲਾਂ ਤੱਕ ਪਾਣੀ ਪਹੁੰਚਦਾ ਰਿਹਾ, ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਲੇਕਿਨ ਹੁਣ ਹਾਲਾਤ ਜਿਹੜੇ ਹੈ ਉਹ ਵੱਖ ਹੋ ਗਏ ਹੈ। ਤਾਂ ਕੀ ਹਾਲਾਤ ਬਣੇ ਹੈ ਇਹ ਜਾਣਾਂਗੇ, ਇਹਨਾਂ ਕਿਸਾਨ ਵੀਰਾਂ ਨਾਲ ਹੀ ਗੱਲਬਾਤ ਕਰਦੇ ਹਾਂ। ਕੀ ਮਸਲਾ ਹੋਇਆ ਜੀ? ਬਾਈ ਜੀ, ਕੀ ਮਸਲਾ ਹੋਇਆ ਔਰ ਹੁਣ ਹਾਲਾਤ ਕਿੱਦਾਂ ਦੇ ਹੈਗੇ? ਹਾਲਾਤ ਜੀ, ਸਾਡੇ ਪਾਣੀ ਹੁਣ ਨਹੀਂ ਆ ਰਿਹਾ। ਜਦੋਂ ਸੀਜ਼ਨ ਚੱਲਿਆ 1.5 ਫੁੱਟ ਤੋਂ ਪਾਣੀ ਵਧਿਆ ਨਹੀਂ, ਹੁਣ ਤਾਂ 1.5 ਫੁੱਟ ਤੋਂ ਵੀ ਥੱਲੇ ਚਲਾ ਗਿਆ। ਇਹ ਪਿਛਾ ਮੂਲੀ ਭਗਤ ਨਾਲ ਮੋਗੇ ਵੀ ਟੁੱਟ ਗਏ ਨੇ, ਅਤੇ ਅਫਸਰਾਂ ਦਾ ਵੀ ਸਾਰਾ ਕਾਲਾ ਮਾਲਾ ਹੋ ਗਿਆ। ਪਹਿਲੇ 2 ਸਾਲ ਸਾਡੇ ਜੇ ਪਾਣੀ ਆਇਆ, ਅਸੀਂ ਧੰਨਵਾਦ ਵੀ ਕਰਦੇ ਹਾਂ, ਅਤੇ ਹੁਣ ਤਾਂ ਸਾਡੇ ਪਿਛਲੀਆਂ ਸਰਕਾਰਾਂ ਨਾਲੋਂ ਵੱਧ ਕੰਮ ਬਣ ਗਿਆ। ਜਿਵੇਂ ਪਿਛਲੀਆਂ ਸਰਕਾਰਾਂ ਦਾ ਸਾਡਾ ਹਾਲ ਹੁੰਦਾ, ਉਹੋ ਹੀ ਹੁਣ ਹਾਲ ਹੋ ਰਿਹਾ। ਅਤੇ ਅਸੀਂ ਤਾਂ ਉਹੀ ਮੰਗ ਕਰਦੇ ਹਾਂ ਵੀ ਜੇ ਸਾਡੇ ਪਾਣੀ ਨਾ ਪੂਰਾ ਆਇਆ, ਅਤੇ ਸਾਡੇ ਕੋਲ ਤਾਂ ਹੁਣ ਇਹੋ ਹੀ ਇੱਕ ਹਥਿਆਰ ਹੈਗਾ ਜਿਹੜਾ ਵੀ ਧਰਨਾ ਲਾਉਣ ਵਾਲਾ। ਅਸੀਂ ਤਾਂ SDO ਦੇ ਐਕਸੀਡੈਂਟ ਦੇ ਅਸੀਂ ਤਾਂ ਬੂਹੇ 'ਤੇ ਜਾ ਕੇ ਪੱਕਾ ਮੋਰਚਾ ਫਿਰ ਲਾਵਾਂਗੇ। ਇੱਕ ਤਾਂ ਚੇਤਾਵਨੀ ਦਿੰਦੇ ਹਾਂ, ਉਦੋਂ ਬਾਅਦ ਫਿਰ ਦੋਵੇਂ ਪਿੰਡ ਜਾ ਕੇ ਸਿੱਧੋ ਚੱਕ ਦੇ ਕਾਂਗਾ, ਅਤੇ ਇਹ ਅਸੀਂ ਪਿੰਡ ਉੱਥੇ ਜਾ ਕੇ ਬਾਹਾਂਗੇ, ਅਤੇ ਫਿਰ ਹੀ ਸਾਡਾ ਮਸਲਾ ਹੱਲ ਸੰਤ ਹੁੰਦਾ ਦੇਖਦਾ। ਅਤੇ ਪਾਣੀ ਤੁਸੀਂ ਵੇਖੀ ਜਾਂਦੇ ਜੀ, ਪਿਛਾਂ ਜਾ ਕੇ ਵੇਖ ਲਓ, ਇੱਕ ਫਲੈਸ਼ਾਂ ਦਾ ਪਾਣੀ ਉਹ ਵੀ ਆਪਣੇ ਪਾਇਆ ਵਿੱਚ, ਇਹਦੇ ਜੇ ਟਾਇਲ ਦੇ ਪਾਣੀ ਦੇ ਵਿੱਚ ਉਹ ਵੀ ਪਾਇਆ ਪਿਆ ਝੁੱਗਿਆਂ ਦੇ। ਇਹ ਸਿੱਧੂ ਚੱਕ ਦੀ ਟਾਇਲ ਹੈ, ਇਹਦੇ ਜਿਹੜਾ ਝੁੱਗਿਆਂ ਵਾਲਾ ਜਿਹੜਾ ਪਾਣੀ ਇਹਦਾ ਉਹ ਵਿੱਚ ਪਾ ਤਾ ਜਾਂਦੇ ਆਪਣੇ ਫਲੈਸ਼ਾਂ ਦਾ ਪਾਣੀ ਬੜੇ ਚਿਰ ਦਾ ਚੱਲੀ ਜਾਂਦਾ। ਹਾਂ ਜੀ ਬਾਈ ਜੀ, ਕੀ ਕਹਿਣਾ ਚਾਹੁੰਦੇ ਹੋ? ਇਹ ਵੀਰ ਜੀ, ਖਟਾਈ ਵੀ ਅਸੀਂ ਆਪ ਕੀਤੀ ਹੈ ਸਾਰੇ, ਹੁਣ ਪਿੱਛੇ ਬੰਦੇ ਲੱਗੇ ਹੋਏ ਨੇ ਆਪ ਕਰ ਰਹੇ ਹਾਂ। ਫੁੱਟ ਤੋਂ ਸਾਡਾ ਪਾਣੀ ਪਿਛਲੇ ਸਾਲ ਵਧੀਆ ਰਿਹਾ, ਫੁੱਟ ਚੱਲਦਾ ਰਿਹਾ, ਐਤਕੀ ਫੁੱਟ ਪਾਣੀ ਨਹੀਂ ਹੋਇਆ, 1.5 ਫੁੱਟ ਤੋਂ ਥੱਲੇ ਰਹਿ ਰਿਹਾ। ਪਿਛਲੀ ਪਹਿਲਾਂ ਕੋਈ 10 ਕੁ ਦਿਨ ਹੋ ਗਿਆ, ਜਈ ਸਾਹਿਬ ਨੂੰ ਅਤੇ ਬੇਲਦਾਰ ਨੂੰ ਇੱਥੇ ਸੱਦਿਆ ਗਿਆ ਵੀ ਸਾਡਾ ਪਾਣੀ ਪੂਰਾ ਕਰ ਦਿਓ, ਜਿਹੜੇ ਪਿੱਛੇ ਮੋਗੇ ਟੁੱਟੇ ਹੋਏ ਆ ਉਹਨਾਂ ਨੂੰ ਜਾਣੀ ਕਿ ਰਿਲੀਫ ਕਰਾਓ, ਜਿਹੜੀਆਂ ਪਾਈਪਾਂ ਲੱਗਦੀਆਂ ਨੇ ਉਹਨਾਂ ਨੂੰ ਉਟਾਓ। ਸਾਨੂੰ ਉਹਨਾਂ ਨੂੰ ਉਸ ਦਿਨ ਭਰੋਸਾ ਦਵਾਇਆ ਵੀ ਅਸੀਂ ਬੰਦ ਕਰਾ ਦਿਆਂਗੇ, ਪਰ ਸਾਡੇ ਉਹਦੀ ਕੋਈ ਸੁਣਵਾਈ ਨਹੀਂ ਹੋਈ। ਤਕਰੀਬਨ 2-4 ਦਿਨ ਹੋ ਗਿਆ ਅਸੀਂ ਰਾਤ ਨੂੰ ਗੇੜਾ ਮਾਰਿਆ, ਸ਼ਰੇਆਮ ਰਾਤ ਨੂੰ ਉੱਥੇ ਪਾਈਪਾਂ ਲੱਗੀਆਂ ਹੋਈਆਂ ਅਤੇ ਮੋਗੇ ਟੁੱਟੇ ਹੋਏ ਆ। ਜਿਹੜੀ ਮੋਗੇ ਟੁੱਟਿਆਂ ਦੀ ਵੀਡੀਓ ਵੀ ਤੁਹਾਨੂੰ ਅਸੀਂ ਵਿੱਚ ਦੇ ਦਿੰਦੇ ਹਾਂ। ਸ਼ਰੇਆਮ ਜੀ, ਸ਼ਰੇਆਮ ਦਿਨੇ ਲੱਗੇ ਹੋਏ ਆ ਮੋਗਿਆਂ ਦੇ ਨਾਲ ਥੱਲੇ। ਹੁਣ ਆਹ ਸੂਏ ਦੀ ਖਲਾਈ ਚੱਲ ਰਹੀ ਹੈ ਅਤੇ ਪਿੱਛੋਂ ਸੂਆ ਟੁੱਟ ਗਿਆ ਸੀ। ਹਾਂ, ਖਲਾਈ ਅਸੀਂ ਆਪਦੇ ਪੈਸਿਆਂ ਨਾਲ ਕਰਵਾ ਰਹੇ ਹਾਂ, 2 ਅੱਗੇ ਮੋਗੇ ਵਾਲੇ ਅਤੇ ਟੈਲ ਵਾਲੇ ਰਲ ਕੇ। ਨਹੀਂ ਨਹੀਂ ਸਰਕਾਰੀ ਕੋਈ ਨਹੀਂ ਹੋਈ, ਪਹਿਲਾਂ ਵੀ ਜਿਹੜੀ ਖਲਾਈ ਕਰਾਈ ਗਈ ਹੈ ਅਸੀਂ ਆਪਦੇ ਪੈਸਿਆਂ ਦੇ ਨਾਲ ਹੀ ਕਰਵਾਈ। ਹਾਂਜੀ, ਉਹ ਜੀ ਪ੍ਰਸ਼ਾਸਨ ਦੀ ਮੂਲੀ ਭਗਤ ਨਾਲ ਲੱਗ ਰਹੀਆਂ। ਜਈ ਸਾਹਿਬ ਇੱਥੇ ਆਏ ਸੀ, ਅਸੀਂ ਉਹਨਾਂ ਨੂੰ ਸਾਰਾ ਧਿਆਨ 'ਚ ਦਵਾਇਆ ਸੀ। ਜਈ ਸਾਹਿਬ ਨੇ ਸਾਨੂੰ ਇਹ ਗੱਲ ਕਹੀ ਸੀ ਵੀ ਮੈਨੂੰ ਟਾਈਮ ਦਿਓ, ਪਰ ਜੱਸਾ, ਹਾਂ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਤੁਸੀਂ 2-4 ਦਿਨਾਂ ਦਾ ਟਾਈਮ ਦਿਓ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ। ਹਾਂ, ਸ਼ਰੇਆਮ ਮੋਗੇ ਟੁੱਟੇ ਪਏ ਆ ਜੀ, ਮੋਗਿਆਂ ਦੇ ਨਾਲ ਉਵੇਂ ਹੀ ਪਾਈਪਾਂ ਨੱਪੀਆਂ ਹੋਈਆਂ, ਸਾਰੀ ਬੇਲਦਾਰ ਦੀ ਅਤੇ ਜਈ ਸਾਹਿਬ ਦੀ ਮੂਲੀ ਭਗਤ ਨਾਲ ਕੰਮ ਚੱਲ ਰਿਹਾ ਜੀ। ਹਾਂਜੀ, ਬਿਲਕੁਲ, ਹਾਲਾਤ ਜਿਹੜੇ ਆ ਉਹ ਤੁਹਾਨੂੰ ਦਿਖਾ ਰਹੇ ਹਾਂ। ਹੋਰ ਵੀ ਸਤਿ ਸ਼੍ਰੀ ਅਕਾਲ ਜੀ, ਤਾਂ ਹੋਰ ਵੀ ਬਾਈ ਹੁਣਾਂ ਨਾਲ ਗੱਲਬਾਤ ਕਰਾਂਗੇ ਜੀ। ਕੀ ਹਾਲਾਤ ਹੈਗੇ ਆਪਣੇ, ਜੇਕਰ ਟੈਲਾਂ ਦੀ ਗੱਲ ਕੀਤੀ ਜਾਵੇ? ਟੈਲਾਂ ਦੇ ਹਾਲਾਤ ਜੀ ਬਹੁਤ ਮਾੜੇ ਆ।
ਐਤੀ ਪਾਣੀ ਨਹੀਂ ਆ ਰਿਹਾ। ਜਦੋਂ ਭਗਵੰਤ ਮਾਨ ਦੀ ਸਰਕਾਰ ਆਈ ਹੈ ਪਹਿਲੇ ਸਾਲ ਸਾਨੂੰ ਪਾਣੀ ਬਹੁਤ ਜ਼ਿਆਦਾ ਮਿਲਿਆ, ਪੂਰਾ ਪਾਣੀ ਮਿਲਿਆ ਸਾਰਾ ਸੀਜ਼ਨ। ਪਿੱਛੋਂ 8 ਵਾਰ ਸੂਆ ਖਾਲੀ ਹੁੰਦਾ ਸੀ ਅਤੇ 1.5 ਫੁੱਟ ਟਾਇਲ ਚੱਲ ਜਾਂਦੀ ਸੀ। ਅੱਜ ਹੁਣ ਪਿੱਛੋਂ ਸੂਆ ਬੰਦ 'ਤੇ ਹੈ, ਤਰੀ ਜਾਂਦਾ, ਰੋਜ਼ ਟੁੱਟਦਾ ਰੋਜ਼ਾਨਾ ਹੀ। ਜਦੋਂ ਪਾਣੀ ਮਾੜਾ ਹੈ ਵਧਾਉਂਦਾ ਚਾਰਾ ਮਾਰਦੇ ਉਦੋਂ ਟੁੱਟ ਜਾਂਦਾ ਹੈ, ਟਾਇਲ 'ਤੇ ਪਾਣੀ ਨਹੀਂ ਪਹੁੰਚਦਾ ਗਾ। ਜੇ ਅਸੀਂ ਅਫਸਰਾਂ ਨੂੰ ਪੁੱਛਦੇ ਹਾਂ, ਅਫਸਰ ਆਖਦੇ ਸਾਰੇ ਮੋਗੇ ਸਿੱਟ ਆ, 5-5, 6-6 ਇੱਟਾਂ ਕਢਾਈਆਂ ਪਈਆਂ ਹਰੇਕ ਮੋਗੇ ਦੇ ਵਿੱਚੋਂ, ਅਤੇ ਪਾਣੀ ਅਸੀਂ ਕਿੱਥੋਂ ਭਾਲਦੇ ਹਾਂ ਜੇ 5-5, 6-6 ਇੱਕ ਮੋਗੇ ਜੁੱਟਾਂ ਕਢਾਈਆਂ ਪਈਆਂ ਤਾਂ। ਟੋਟਲ ਮੋਗੇ ਸਾਰੇ ਵਿੱਢ 'ਤੇ ਲਾ ਤੇ, ਜੇ ਜੇਈ ਨੂੰ ਪੁੱਛੀ ਦਾ ਉਹ ਆਖਦਾ ਮੈਂ ਮੋਗੇ ਸਿੱਟ ਕਰਤੇ ਹੈ। ਜੇ ਮੋਗੇ ਸਿੱਟ ਕਰਤੇ ਤਾਂ ਘਾਹ ਤਾਂ ਉੱਤੇ ਆ, 8-8 ਵਾਰ ਛੱਡ ਗਏ, ਤਾਂ ਸਾਡੇ ਕੋਲ ਪਾਣੀ ਕਿਉਂ ਨਹੀਂ ਆਉਂਦਾ ਫਿਰ? ਜਿੰਨੇ ਮੋਗੇ ਆ ਸਾਰੇ ਤੋੜੇ ਆ, ਚਾਹੇ ਸਾਰੇ ਵਿੱਢ 'ਤੇ ਲੱਗੇ ਆ, ਸਾਡੀ ਹੱਥ ਬੰਨ ਕੇ ਬੇਨਤੀ ਇੱਕੋ ਹੀ ਹੈ ਵੀ ਮੈਂਡਰ ਬੰਦ ਕਰਕੇ ਭਾਵੇਂ 15 ਦਿਨ ਬੰਦ ਕਰ ਦੇਣ, ਪਰ ਮੋਗੇ ਸਿੱਟ ਕਰਕੇ ਪਾਣੀ ਛੱਡਿਆ ਜਾਵੇ। ਉਨੇ ਚਿਰ ਪਾਣੀ ਨਾ ਛੱਡਿਆ ਜਾਵੇ, ਸਾਡੇ ਨਾਲ ਦੇ ਹੋ ਜਾਣ ਸਾਰੇ। ਜਿਹੜਾ ਹਾਲਾਤ ਸਾਡਾ ਟਾਈਲਾਂ ਦਾ ਕੀਤਾ ਇਹਨੇ, ਐਤੀ ਸਾਲ ਹੋ ਗਿਆ ਪਹਿਲਾਂ, ਅੱਜ ਤਾਂ ਤੁਹਾਡੇ ਸਾਹਮਣੇ 2 ਹਿੱਸੇ ਪਾਣੀ ਹੈ, 5 ਹਿੱਸੇ ਤੋਂ ਪਾਣੀ ਨਹੀਂ ਵਧਿਆ, 5 ਹਿੱਸੇ, 6 ਹਿੱਸੇ, 5 ਹਿੱਸੇ, ਅਤੇ ਜਿੱਥੇ ਜਿਉਂ ਸੂਆ ਬਣਿਆ 94 ਤੋਂ ਲੈ ਕੇ ਪੱਕਾ, ਸਾਡੇ ਕੋਲ 1.25 ਫੁੱਟ ਤੋਂ ਟਾਇਲ ਨਹੀਂ ਘੱਟਦੀ ਸੀ। ਅਜੇ ਕਿ ਸਰਕਾਰ ਬਹੁਤ ਚੰਗੀ, ਅਫਸਰ ਬਹੁਤ ਚੰਗੇ, ਅਫਸਰ ਗੱਲ ਮੰਨਦੇ ਹੈ। ਅਫਸਰ ਹੁਣ ਕਿੱਥੇ ਸੁੱਤੇ ਹੈਗੇ ਹੈ? ਜਿਹੜੇ ਅਫਸਰ ਨੂੰ ਆਖੀਦਾ ਉਹ ਅਫਸਰ ਆਖਦਾ ਜੀ ਸਾਡਾ ਪਾਣੀ ਤਾਂ ਬਹੁਤ ਛੱਡਿਆ, ਪਿੱਛੋਂ ਸੂਆ ਸਰਦਾ, ਸੂਏ ਦੀ ਪਟਾਈ ਹੋਣ ਵਾਲੀ ਹੈ। ਜੇ ਉੱਤੇ ਘਾਹ ਹੋ ਗਿਆ ਬੰਨੀਆਂ 'ਤੇ ਤਾਂ ਥੱਲੇ ਤਾਂ ਸੂਆ ਸਾਫ਼ ਪਿਆ। ਪਿਛਲੇ 2 ਸਾਲ ਹੋ ਗਏ ਆ, 8 ਵਾਰ ਸੂਆ ਖਾਲੀ ਹੁੰਦਿਆਂ ਟਾਇਲ 1.5 ਫੁੱਟ ਚੱਲਦੀ ਸੀ, ਅਤੇ ਉਤਲੇ 8 ਵਾਰ ਛੱਡ ਦੇਣ, ਥੱਲੇ ਪਾਣੀ ਤਾਂ ਪੂਰਾ ਖਰ ਸਾਡਾ ਕਰਨ ਖਾਂ, ਸਾਡੀ ਹੱਥ ਬੰਨ ਕੇ ਇਸ ਮੋਗੇ ਕੁਛ ਇੱਟਾਂ 5-5, 4-4 ਇੱਟਾਂ ਕੱਢਤੀਆਂ, 3-3 ਖਾਲੇ ਚੱਲੀ ਜਾਂਦੇ ਆ। ਜਿਹੜੇ ਮੋਗੇ ਸਾਫ਼ 'ਤੇ ਆ ਉਹ ਵਿੱਢ 'ਤੇ ਕਰਕੇ ਲਾ ਰਹੇ ਆ, ਵਿੱਢ 'ਤੇ ਮੋਗੇ ਲੱਗ ਕੇ ਸਾਡੇ ਕੋਲ ਪਾਣੀ ਨਹੀਂ ਪਹੁੰਚਦਾ। ਆ ਕੱਲ 5-4 ਪਾਈਪਾਂ ਝਾੜੀ ਵਾਲੇ ਕੱਢੀਆਂ ਥੱਲੇ ਦੀ ਨੱਪੀਆਂ, ਵੀਡੀਓ ਵੀ ਹੈਗੀਆਂ। ਆਪ ਕਰਾਉਂਦੇ ਪਏ ਸਫਾਈ, ਅੱਗੇ ਵੀ ਇੱਕ ਵਾਰ ਆਪ ਕਰਾਈ ਹੈ 10 ਬੁਰਜੀਆਂ, ਹੁਣ ਵੀ ਲੇਬਰ ਆਪਦੇ ਪੱਲਿਓ ਲਾਈ ਹੈ, 100 ਰੁਪਇਆ ਕਿੱਲੇ ਨੂੰ ਗਰਾਹੀ ਲਾ ਕੇ 4 ਮੋਗੇ ਆਏ ਨੇ, ਜਿੱਥੇ ਪਾਣੀ ਜਮ੍ਹਾਂ ਨਹੀਂ ਪਹੁੰਚ ਰਿਹਾ ਉਹ 4 ਮੋਗਿਆਂ ਵਾਲੇ ਆਪਦੇ ਪੱਲਿਓ ਗਰਾਹੀ ਕਰਕੇ ਤੇ ਪਟਾਈ ਜਾਂਦੇ, ਹੁਣ ਵੀ ਸਫਾਈ ਆਪ ਕਰਾਉਂਦੇ ਪਏ ਹਾਂ। ਮੰਗ ਇਹੋ ਕਰਦੇ ਹਾਂ ਵੀ ਸਫਾਈਆਂ ਵੀ ਅਸੀਂ ਕਰਦੇ ਹਾਂ, ਅਤੇ ਅਫਸਰ ਜਿਹੜੇ ਅਫਸਰਸ਼ਾਹੀ ਆ ਜਿਹੜੀ ਇਹ ਮੋਗੇ ਸਭ ਵਿੱਢ 'ਤੇ ਲਵਾ 'ਤੇ ਆ, ਸਾਡੀ ਹੱਥ ਬੰਨ ਕੇ ਬੇਨਤੀ ਹੈ ਵੀ ਸੂਆ ਜਿੰਨੇ ਦਿਨ ਮਰਜ਼ੀ ਬੰਦ ਕਰਨ, ਲੇਵਲ 'ਚ ਕਰਕੇ ਮੋਗੇ ਸਾਡੇ ਕੋਲ ਪਾਣੀ ਫੇਰ ਛੱਡਣ ਨਹੀਂ, ਪਾਣੀ ਨਾ ਛੱਡਣ, ਸ਼ੱਕ ਬੰਦ ਕਰ ਦੇਣ ਸਾਡੇ ਕੋਲ। ਸੂਆ ਸਾਡੇ ਕੋਲ ਪਹੁੰਚਣਾ ਹੀ ਨਹੀਂ, ਅਸੀਂ ਸੂਏ ਤੋਂ ਕੀ ਲੈਣਾ ਹੈਗਾ? ਸਾਡੇ ਭਾਅ ਦਾ ਸੂਆ ਬੰਦ ਹੀ ਹੈ, ਪਿੱਛੋਂ ਨਹਿਰਾਂ ਹੀ ਬੰਦ ਹੈ ਸਾਡੇ ਭਾਅ ਦੀਆਂ ਤਾਂ। ਆਹ ਤੁਸੀਂ ਆਹ ਵਿਖਾ ਦਿਓ ਜਾ ਕੇ, ਆਹ ਟਾਇਲ ਦਾ ਮੂੰਹ ਵਿਖਾਓ ਜਾ ਕੇ ਵੀ ਸਾਡੇ ਕੋਲ ਪਾਣੀ ਇਹ ਆ ਕੇ ਪਨੀਰ ਹੀ ਨਹੀਂ ਲਾਉਂਦਾ ਹੈਗਾ, ਝੋਨੇ ਕਿੱਥੋਂ ਪਾਲ ਦੂਗਾ ਸਾਡੇ, ਕਿ ਝੋਨਾ ਪਾਲ ਦੂਗਾ? ਸਾਡਾ ਹਾਲਾਤ ਬਹੁਤ ਮਾੜਾ, ਸਾਡੇ ਕੋਲ ਸੂਆ ਬੰਦ ਕਰ ਦੇਣ, ਜੇ ਛੱਡਣਾ ਤੇ ਸਹੀ ਪਾਣੀ ਕਰਕੇ ਛੱਡਣ, ਸਾਰੇ ਮੋਗੇ ਮੈਂ ਸੈੱਟ ਕਰ। ਆਹ ਜਿਹੜੀ ਲੇਬਰ ਅਸੀਂ ਲਾ ਰਹੇ ਹਾਂ ਅਤੇ ਜੇਈ ਸਾਹਿਬ ਆਉਂਦਾ ਅਤੇ ਫੋਟੋ ਖਿੱਚ ਕੇ ਪਾਉਂਦਾ, ਇਹਨਾਂ ਨੇ ਬਿੱਲ ਆਪ ਪਾਸ ਕਰਾ ਜਾਣੇ ਆ, ਅਤੇ ਲੇਬਰਾਂ ਸਾਡੇ ਪੱਲਿਓ ਲੱਗਦੀਆਂ ਪਈਆਂ, ਆਪਦੇ ਖਰਚਾ ਆਪਦੀ ਜੇਬ 'ਚੋਂ ਕਰਦੇ ਪਏ। ਪਿਛਲੇ ਸਾਲ ਵੀ ਅਸੀਂ ਆਪ ਪਟਾਇਆ, ਉਦੋਂ ਪਿਛਲੇ ਸਾਲ ਵੀ, ਆਹ ਸਾਲ ਸੂਆ ਆਪ ਪਟਾਉਣੇ, ਹੁਣ ਫਿਰ ਲੇਬਰ ਸਾਡੀ ਦੂਜੀ ਵਾਰ ਲੱਗੀ ਹੈ। ਇੱਕ ਵਾਰ ਆ ਕੇ ਜੂਨ ਮਹੀਨੇ ਦੇ ਵਿੱਚ ਪੱਟਿਆ, 2-3 ਜੂਨ ਨੂੰ ਸਫਾਈ ਕਰਾਈ 10 ਬੁਰਜੀਆਂ ਦੀ, ਅਤੇ ਹੁਣ ਫਿਰ ਅਸੀਂ 20 ਬੁਰਜੀਆਂ ਸੂਆ ਆਪ ਪਟਾਈ ਕਰਾਈ ਜਾਂਦੇ, ਅਤੇ ਪਤਾ ਨਹੀਂ ਫੋਟੋ ਕਾਹਦੋਂ ਖਿੱਚ ਕੇ ਲੈ ਜਾਂਦੇ। ਫੋਟੋ ਖਿੱਚਦੇ ਹੋਣੇ ਆ ਵੀ ਅਸੀਂ ਬਿੱਲ ਪਾਸ ਕਰਵਾਵਾਂਗੇ ਵੀ ਅਸੀਂ ਲੇਬਰ ਲਾਈ ਹੈ। ਪੈਸੇ ਲੈਣਗੇ ਸਰਕਾਰ ਤੋਂ, ਪੈਸੇ ਲਈ ਜਾਣ, ਕੁਛ ਕਰੀ ਜਾਣ, ਪਰ ਸਾਡੇ ਮੋਗੇ ਦਾ ਲੈਵਲ 'ਤੇ ਕਰਕੇ ਸਾਡੇ ਕੋਲ ਪਾਣੀ ਦਾ ਘੁੱਟੜ ਪਾ ਦੇਣ, ਪਾਣੀ ਤਾਂ ਪਹੁੰਚਦਾ ਕਰ ਦੇਣ। ਹਾਂਜੀ, ਪਾਣੀ ਨਹੀਂ ਪਹੁੰਚਦਾ ਗਾ ਅਤੇ ਪੈਸੇ ਅਸੀਂ ਲਾਈ ਜਾਂਦੇ।
ਨਹੀਂ ਬਰਸਾਤ ਨਹੀਂ ਹੋਈਗੀ, ਜੇ ਬਰਸਾਤ ਹੀ ਹੋ ਜਾਂਦੀ ਤਾਂ ਹੋ ਸਕਦਾ ਮੋਗੇ ਮਾਗੇ ਪੱਟ ਕੇ ਨਾ ਅਗਲੇ ਵੱਡੇ ਵੁੱਡੇ ਕਰਦੇ ਤੇ ਟਿਕਿਆ ਰਹਿੰਦਾ ਪਾਣੀ ਆਈ ਜਾਂਦਾ ਸਾਡੇ ਕੋਲ। ਬਰਸਾਤ ਵੀ ਨਹੀਂ ਹੋਈ, ਸਾਡੇ ਜਿਹੜੇ ਆ ਮੋਟਰਾਂ ਮਾਟਰਾਂ ਦੇ ਪਾਣੀ ਬਹੁਤ ਮਾੜੇ ਆ। ਜੇ ਇਹੋ ਹਾਲਾਤ ਰਿਹਾ ਤਾਂ ਸਾਡੇ ਕੋਲ ਇੱਕ ਸੇਰ ਫਸਲ ਹੋਣ ਦੀ ਕੋਈ ਆਸ ਮੈਦ ਨਹੀਂ। ਜੇ ਸੂਏ ਜੀ ਪਾਣੀ ਨਾ ਆਇਆ, ਬਰਸਾਤ ਵੀ ਨਾ ਹੋਈ, ਸਾਡੇ ਕੋਲ ਕੋਈ ਝੋਨਾ ਹੋਣ ਦੀ ਮੈਦ ਨਹੀਂ। ਇਹ ਮੈਂਡਰ ਚੱਕ ਸੈਦੋਕਾ ਟੈਲ ਘਾਂਗੇ ਦੀ ਹੈ, ਦੋ ਮੋਗਿਆਂ ਦਾ ਚੱਕ ਸੈਦੋਕੇ ਦਾ ਰਕਬਾ ਹੈ, ਚਾਰ ਮੋਗੇ ਤੇ ਟੈਲ ਇਹ ਬਣ ਗਈ ਜਿਹਨਾਂ ਕੋਲ ਪਾਣੀ ਨਹੀਂ ਪਹੁੰਚ ਰਿਹਾ ਹੈਗਾ, ਪਿੱਛੇ ਪਾਣੀ ਪੂਰਾ ਹੈ। ਹੋਊਗਾ 3,000-2,500 ਕਿੱਲਾ ਚਾਰਾਂ ਮੋਗਿਆਂ ਦਾ। ਹਾਂਜੀ, ਇਹ ਚਾਰ ਮੋਗਿਆਂ ਨੂੰ ਪਾਣੀ ਨਹੀਂ ਆ ਰਿਹਾ ਜੀ। ਇਹ ਹਾਲਾਤ ਜਿਹੜੇ ਆ ਤੁਹਾਨੂੰ ਦਿਖਾ ਰਹੇ ਹਾਂ, ਜ਼ਿਮੀਂਦਾਰਾਂ ਦਾ ਕਹਿਣਾ ਹੈ ਕਿ ਆਪਣੇ ਪੱਧਰ 'ਤੇ ਹੀ ਇਹਨਾਂ ਦੇ ਵੱਲੋਂ ਕਟਾਈ ਕੀਤੀ ਜਾਂਦੀ ਹੈ, ਆਪਣੇ ਖਰਚੇ 'ਤੇ ਹੀ ਜਿਹੜਾ ਹੈਗਾ ਇਸ 'ਤੇ ਲੇਬਰ ਲਾ ਕੇ ਕਟਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਹਨਾਂ ਦਾ ਆਰੋਪ ਹੈ ਕਿ ਇਹਨਾਂ ਨੇ ਪਾਈਪਾਂ ਵੀ ਫੜੀਆਂ ਜਿਸ ਦੀਆਂ ਇਹਨਾਂ ਨੇ ਵੀਡੀਓ ਬਣਾਈਆਂ। ਇਸ ਤੋਂ ਇਲਾਵਾ ਮੋਗੇ ਜਿਹੜੇ ਹੈਗੇ ਆ ਉਹ ਦੁਬਾਰ ਤੋਂ ਜਿਹੜੇ ਆ ਉਹ ਉਹਨਾਂ ਦੇ ਵਿੱਚੋਂ ਇੱਟਾਂ ਪੜ ਦਿੱਤੀਆਂ ਗਈਆਂ, ਜਿਸ ਕਾਰਨ ਸਿਰਫ ਤੇ 4-5 ਇੰਚ ਪਾਣੀ ਜਿਹੜਾ ਹੈਗਾ ਉਹ ਟੈਲ ਤੇ ਪਹੁੰਚ ਰਿਹਾ। ਤਾਂ ਤਸਵੀਰਾਂ ਟੈਲ ਦੀਆਂ ਵੀ ਦਿਖਾਉਂਦੇ ਹਾਂ, ਆਓ ਬਾਈ ਜੀ, ਤਾਂ ਟੈਲ ਦੀਆਂ ਵੀ ਤਸਵੀਰਾਂ ਦਿਖਾਉਂਦੇ ਹਾਂ ਤੁਹਾਨੂੰ ਕਿਸ ਤਰ੍ਹਾਂ ਦੇ ਨਾਲ ਮਹਿਜ਼ 1.5 ਫੁੱਟ ਪਾਣੀ ਜਿਹੜਾ ਹੈਗਾ ਉਹ ਟੈਲ ਤੇ ਪਹੁੰਚ ਰਿਹਾ। ਤਾਂ ਉਸ ਦੇ ਨਾਲ ਸਿੱਧੇ ਤੌਰ 'ਤੇ ਕਿਸਾਨਾਂ ਦਾ ਕਹਿਣਾ ਕਿ ਇਸ ਦੇ ਨਾਲ ਤਾਂ ਪਨੀਰੀ ਨਹੀਂ ਹੋ ਸਕਦੀ, ਤਾਂ ਫਿਰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਝੋਨਾ ਲੱਗੂਗਾ। ਤਾਂ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਇਹ ਤੁਹਾਨੂੰ ਦਿਖਾ ਰਹੇ ਹਾਂ ਟੈਲ ਦੀਆਂ। ਤਾਂ ਇਹ ਟੈਲ ਦੀਆਂ ਤਸਵੀਰਾਂ, ਹਾਂਜੀ 4 ਇੰਚ ਬਸ। ਯਾਨੀ ਕਿ ਇਹ ਪਿੱਛੇ ਜਿਹੜੇ ਤੁਹਾਡੇ ਕਹਿਣ ਦਾ ਮਤਲਬ ਜਿਹੜੇ ਪਿੱਛੇ ਮੋਗੇ ਵੱਡੇ ਕਰ ਲਏ ਇਹਨਾਂ ਨੇ, ਹੈ ਨਾ, ਉਹਦੇ ਕਾਰਨ ਹੈ। ਪਿੰਡ ਸੈਦੋਕਾ ਅਤੇ ਘਾਂਗਾ ਕਲਾਂ ਦੇ ਤਕਰੀਬਨ 2,500 ਤੋਂ 3,000 ਏਕੜ ਹੈ ਜੋ ਪ੍ਰਭਾਵਿਤ ਹੋ ਰਹੀ ਹੈ। ਤਾਂ ਇਹਨਾਂ ਦਾ ਕਹਿਣਾ ਹੈ ਕਿ ਜੇ ਹਾਲਾਤ ਇੱਦਾਂ ਹੀ ਚੱਲੇ ਤਾਂ ਫਿਰ ਇਸ ਵਾਰੀ ਬਰਸਾਤਾਂ ਵੀ ਨਹੀਂ ਹਜੇ ਤੱਕ ਪਹੁੰਚੀਆਂ, ਤਾਂ ਹਾਲਾਤ ਇੱਦਾਂ ਚੱਲਦੇ ਰਹੇ ਤਾਂ ਇਹਨਾਂ ਨੂੰ ਇਸ ਵਾਰੀ ਉਮੀਦ ਜਿਹੜੀ ਹੈਗੀ ਆ ਉਹ ਦਿਖਾਈ ਨਹੀਂ ਦੇ ਰਹੀ ਕਿ ਇਹਨਾਂ ਦੀ ਫਸਲ ਜਿਹੜੀ ਹੈ ਉਹ ਖੇਤਾਂ ਦੇ ਵਿੱਚ ਤਿਆਰ ਹੋ ਜਾਊਗੀ।